ਜਿੰਨਾ ਚਿਰ ਇੱਕ ਮਿਸਾਲ ਲੈਂਦੇ ਉੱਥੇ ਹੈਗਾ। ਹਾਂ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਮੈਂ ਸਿਧਾਨਾ। ਪਾਰ ਬ੍ਰਹਮ ਸੀ ਜਿਹੜਾ ਤੇ ਪਾਰ ਬ੍ਰਹਮ ਨੇ ਫਸਾਇਆ ਪੂਰਨ ਬ੍ਰਹਮ ਨਹੀਂ ਹੋਇਆ। ਪਾਰ ਬ੍ਰਹਮ ਕੀ ਹੈ? ਪਾਰ ਬ੍ਰਹਮ ਹੁਕਮ ਹੈ, ਹੁਕਮ ਪਾਰ ਬ੍ਰਹਮ ਹੈ। ਪਾਰ ਬ੍ਰਹਮ ਪਰਮੇਸ਼ਵਰ ਹੈ, ਪਰਮੇਸ਼ਵਰ ਹੈ। ਈਸ਼ਵਰ ਤੋਂ ਗਾਹ ਦੀ ਸਟੇਜ ਹੈ। ਈਸ਼ਵਰ ਕੀ ਹੈ? ਈਸ਼ਵਰ ਇੱਕ ਹੈ। ਪੂਰਨ ਬ੍ਰਹਮ ਈਸ਼ਵਰ ਹੈ। ਪਰਮੇਸ਼ਵਰ ਕੀ ਹੈ? ਪਰਮੇਸ਼ਵਰ ਸ਼ਬਦ ਹੁਕਮ ਸ਼ਕਤੀ ਉਹਦੇ ਹੁਕਮ ਦੇ ਵਿੱਚ ਹੀ ਹੈ ਨਾ। ਉੱਪਰਲੀ ਸਟੇਜ ਹੈ ਪਰਮੇਸ਼ਵਰ ਦੀ। ਪਰਮੇਸ਼ਵਰ ਮਾਧੋ ਪਰਮਹੰਸ ਆਪਣੇ ਆਪ ਨੂੰ ਕਹੂੰਗਾ, ਉਹਨੂੰ ਲੈ ਕੇ ਚਲਿਆ ਗਿਆ। ਉਹ ਲੈ ਗਿਆ ਉਹਨੂੰ ਦੱਸ ਰਿਹਾ ਕਬੀਰ, ਲੈ ਗਿਆ ਤੁਹਾਡਾ ਕੱਢ ਕੇ ਚਿਰਗਟ ਪਾਠ ਚਟਾਰਾ ਲੈ ਗਿਆ। ਉਹ ਚਟਾਰੇ ਜਿਹੜੇ ਨੂੰ ਫੜ ਕੇ ਲੈ ਗਿਆ, ਉਹਦਾ ਦੱਸ ਰਿਹਾ ਜੋ ਹੋ ਗਿਆ। ਉਹ ਆਲ ਮਾਲ ਹੋਏ ਹੋਏ ਬੈਠੇ ਨੇ। ਚਲੋ ਤਾਂ ਉਹ ਕਹਿੰਦਾ ਛੇਤੀ ਕਰੀਏ, ਗੱਡੀ ਲਈਏ ਆਪ। ਉਹ ਤਾਂ ਮਸਾ ਗਲਾਉਂਦੇ ਆ ਉਹਨਾਂ ਦੇ, ਉਹਨਾਂ ਨੇ ਹੁਣ ਆਪ ਹੀ ਤਾਂ ਉਹਦੀ ਜਗ੍ਹਾ ਲੈਣੀ ਹੈ। ਉਹ ਰਾਜਾ ਮਰੇ ਤੇ ਤਾਂ ਰਾਜਕੁਮਾਰ ਦੇ ਦਿਲ ਚ ਲੱਡੂ ਫੁੱਟਦੇ ਹੁੰਦੇ ਨੇ, ਬਹੁਤ ਧਿਆਨ ਦੇ 90% ਦੇ। ਕੋਈ ਕੱਦਾ ਹੁੰਦਾ ਜਿਹੜਾ ਅਫਸੋਸ ਕਰਦਾ, ਉਹਨੇ ਜੋ ਗੱਦੀ ਲੈਣੀ ਹੁੰਦੀ ਉਹਦੇ ਹੁਕਮ ਜੋ ਚੱਲਣੇ ਹੁੰਦੇ ਨੇ। ਪਹਿਲਾਂ ਰਾਜਾ ਬੰਦਾ ਨਹੀਂ ਹੁੰਦਾ, ਉਹਦਾ ਗਦਾ ਚਾਹੁੰਦਾ ਹੁੰਦਾ ਵੀ ਮੈਨੂੰ ਬੜੇ ਖੁਸ਼ੀ ਇਹ ਗੱਲੋਂ ਲਹਿ, ਚਾਹੇ ਉੱਤੋਂ ਰੋ ਬਈ ਉਹ ਰੋ। ਉਹ ਰੰਗ ਜਿਹਾ ਵਰ ਗਿਆ ਨਾ ਜਿਉਂਦੇ, ਜਿਹੜੇ ਕਾਬੂ ਕਰ ਲਏ ਰਾਜਪਾਤ ਤੇ। ਰਾਜਾ ਦੀਆਂ ਸਾਖੀਆਂ ਨੇ ਮਾਲ ਦਿੱਤੇ ਆ, ਜਿਹੜੇ ਕਾਬੂ ਕਰ ਲਏ ਕੋਈ ਜੋ ਕੁਛ ਕਰ ਲਏ। ਗਰੀਬ ਤਾਂ ਇਹ ਕੰਮ ਕਰਦੇ ਨੀ, ਗਰੀਬ ਤਾਂ ਕਹਿੰਦੇ ਸਾਨੂੰ ਲੋਕ ਕੀ ਕਹਿਣਗੇ। ਜੇ ਧਮਕੀ ਦੇ ਦੇ ਬੁੜਾ ਮੈਂ ਗੁਰਦੁਆਰੇ ਚਲਿਆ ਜਾਊ, ਡਰ ਜਾਂਦੇ ਨੇ ਸਾਰੇ। ਦੇਖਾ ਸੁਭਾਅ ਹੋ ਜੂ ਆਪਣੀ, ਜੇ ਚਲਿਆ ਗਿਆ ਇਹ ਜਾ ਕੇ ਬਹਿ ਗਿਆ ਆਪਣੀ ਤਾਂ ਸੁਭਾਅ ਹੋ ਜੂ। ਇਹਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਕੋਈ ਘਰ। ਹੁਣ ਇਹ ਤਾਂ ਇਹੀ ਕਹੂਗਾ ਮੈਂ ਤਾਂ ਭਾਈ ਗੁਰਦੁਆਰੇ ਚਲਿਆ ਜਾਊ, ਆਪਣਾ ਤਾਂ ਕਰਨਾ ਨੀ ਕੱਖ ਵੀ। ਉਹ ਡਰਦੇ ਨੇ ਇਸ ਗੱਲ ਤੋਂ, ਉਹ ਨੀ ਡਰਦੇ, ਉਹ ਤਾਂ ਰੱਬ ਤੋਂ ਨੀ ਡਰਦੇ। ਰਾਜੇ ਜੋ ਉਹਨੂੰ ਕੌਣ ਕਹਿ ਦੂਗਾ, ਉਹਨਾਂ ਨੂੰ ਕੀ ਡਰ? ਰਾਜੇ ਨੂੰ ਕੌਣ, ਰਾਣੀ ਨੂੰ ਕੌਣ ਕਹੇਗਾ ਡਰ? ਉਹਨੂੰ ਕੌਣ ਕਹੇ ਡਰਦਾ? ਡਰਦੇ ਹੀ ਤਾਂ ਕਹਿੰਦੇ ਲੋਕ। ਹਾਂਜੀ, ਗਗਨ ਨਗਰ ਇੱਕ ਬੂੰਦ ਨਾ ਵਰਖੇ, ਨਾਦ ਕਹਾ ਜੋ ਸਵਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਦਾ। ਜਿਹੜਾ ਪਰਮਹੰਸ ਕਹਾਉਂਦਾ ਤਾਂ ਸਾਧ ਗੁਰੂ ਇਹਨੂੰ ਲੈ ਗਿਆ ਫੜ ਕੇ ਸਾਡਾ ਪਾਰ ਬ੍ਰਹਮ, ਹੁਕਮ ਲੈ ਗਿਆ। ਹੁਕਮ ਆਏ, ਹੁਕਮ ਜਾਏ, ਹੁਕਮ ਰਹੇ ਸਮਾਈ, ਹੁਕਮ ਲੈ ਗਿਆ। ਹੁਕਮ ਦੇ ਨਾਲ ਜੁੜਿਆ ਹੋਇਆ ਹੁਣ, ਹੁਕਮ ਨੇ ਆਪਣੀ ਜੇਬੜੀ ਪਾ ਕੇ ਬੰਨ ਕੇ ਰੱਖਿਆ ਹੈ। ਬਾਬਾ ਬੋਲਦੇ ਤੇ ਕਹਾ ਗਏ, ਦੇਹੀ ਕੇ ਸੰਗ ਰਹਿਤੇ। ਕਹਿੰਦੇ ਬਾਬਾ ਜਿਹੜੇ ਰੂਏ ਬੈਠੇ ਬੋਲਦੇ ਤੇ ਕਹਾ ਗਏ, ਜਿਹੜਾ ਬੋਲਦਾ ਸੀ ਨਾ ਦੇਹੀ ਦੇ ਨਾਲ, ਉਹ ਕਿੱਥੇ ਚਲਾ ਗਿਆ ਹੁਣ ਦੱਸ? ਤੂੰ ਤਾਂ ਕਹਿੰਦਾ ਅਮਰ ਹੋ ਜਾਈਦਾ, ਦੇਹੀ ਇੱਥੇ ਰਹਿ ਗਈ, ਉਹਦਾ ਤ੍ਰਿਕੁਟੀ ਇੱਥੇ ਰਹਿ ਗਈ, ਦਿਮਾਗ ਇੱਥੇ ਰਹਿ ਗਿਆ, ਉਹ ਸਭ ਕੁਝ ਰਹਿ ਗਿਆ। ਉਹ ਕਿੱਥੇ ਗਿਆ ਫਿਰ? ਉਹ ਕਾਹਦੇ ਨਾਲ ਜੁੜਿਆ ਹੋਇਆ? ਉਹ ਸੁਰਤ ਕਰਕੇ ਨਿਰਤ ਕਰਦਾ, ਇਹ ਕਥਾ ਵਾਰਤਾ ਸੁਣਾਉਂਦਾ ਹੁੰਦਾ ਸੀ ਇਹ ਜਿਹੀਆਂ। ਉਹ ਕਿੱਥੇ ਗਿਆ ਦੱਸੋ? ਦੱਸੋ ਕਿੱਥੇ ਗਿਆ? ਕਿਸੇ ਨੂੰ ਨੀ ਪਤਾ ਕਿੱਥੇ ਗਿਆ, ਸਿਰਫ ਕਿੱਥੇ ਗਿਆ ਇਹ ਬੁਝਾਰਤ ਖੋਲੀ ਗੁਰੂ ਨਾਨਕ ਨੇ ਜਾ ਕੇ ਕਹਾ। ਐਸੇ ਬੁਝਾਰਤ ਹੈ ਉਹਨੇ ਕਹਿ ਤਾ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ, ਇਹ ਤਾਂ ਗੱਲ ਕਹਿਤੀ ਗੁਰੂ ਨਾਨਕ ਨੇ ਜੋਗੀਆਂ ਕੋਲੇ, ਗੱਲ ਖੋਲੀ ਹੋਰ। ਉਹ ਕਹਿੰਦੇ ਕਹਾਂ ਤੇ ਆਏ, ਕਹਾਂ ਇਹ ਜਾਏ, ਕਹਾਂ ਇਹ ਰਹੇ ਸਮਾਈ, ਜੋਗੀਆਂ ਨੇ ਸਵਾਲ ਕੀਤਾ। ਉਹਨੇ ਕਿਹਾ ਹੁਕਮ ਆਏ, ਹੁਕਮ ਜਾਏ, ਹੁਕਮ ਰਹੇ ਸਮਾਈ, ਹੋਰ ਵਿਸਤਾਰ ਕਰਤਾ, ਇਸੇ ਗੱਲ ਦਾ ਕੀਤਾ ਵਿਸਤਾਰ। ਜੋਗੀਆਂ ਨੂੰ ਪਤਾ ਸੀ ਪਰਮਹੰਸ ਲੈ ਸਧਾਨ, ਸਧਾਨਾ ਤਾਂ ਆਇਆ ਕਿੱਥੋਂ ਸੀ ਸਵਾਲ ਇਹ ਨਹੀਂ ਹੈ ਇੱਥੇ।
ਲੈ ਗਿਆ ਇਹ ਵੀ ਹੈ, ਰਹੂ ਕਿੱਥੇ ਉੱਠ ਜਾ ਕੇ, ਸਿੱਧੂ ਕਹਿਣੂ ਕਿੱਥੇ? ਦੋ ਗੱਲਾਂ ਨਹੀਂ ਸੀ, ਇੱਕ ਗੱਲ ਦਾ ਜਵਾਬ ਹੈ, ਦੋ ਗੱਲਾਂ ਦਾ ਜਵਾਬ, ਦੋ ਸਵਾਲ ਰਹਿੰਦੇ ਸੀ, ਦੋ ਸਵਾਲ ਹੋਰ ਨਾਲ ਜੋੜ ਕੇ ਜੋਗੀ ਪੁੱਛਦੇ ਨੇ, ਕਹਾਂ ਤੇ ਆਏ, ਆਇਆ ਕਿੱਥੋਂ ਸੀ, ਕਹਾਂ ਜਾਏ, ਲੈ ਤਾਂ ਕੋਈ ਗਿਆ, ਕਿੱਥੇ ਲੈ ਕੇ ਜਾਊਗਾ, ਪੁਲਿਸ ਲੈ ਗਈ ਫੜ ਕੇ, ਥਾਣੇ ਕਿਹੜੇ ਚ ਲੈ ਕੇ ਗਏ ਨੇ, ਗੱਲ ਤਾਂ ਇਹ ਹੈ ਲੈ ਤਾਂ ਗਏ, ਲੈ ਕੇ ਕਿੱਥੇ ਗਏ ਨੇ, ਜਮਾਂ ਕਿੱਥੇ ਕਰਾਉਣਗੇ ਉਹਨਾਂ ਨੂੰ, ਉਹਨੇ ਨਰਕਾਂ ਨੁਰਕਾਂ ਵਾਲੀ ਗੱਲਾਂ ਕਹਾਣੀਆਂ ਸੀ ਰਹੇ ਨੇ, ਸੁਰਗਤਾਂ ਸੀ ਨਾ ਜਿਹੜੀਆਂ ਸੁਣੀਆਂ ਹੋਈਆਂ, ਉਹਦੀ ਸ਼ੰਕਾ ਕੱਢ ਰਹੇ ਨੇ, ਸੁਰਗ ਨਾਲ ਕਿਸੇ ਸਭ ਤੇ ਨੀ ਹੁੰਦਾ ਕਿਸੇ ਗੁਰਬਾਣੀ ਚ, ਉਹ ਕਹੇ ਹੁਕਮੇ ਆਏ, ਹੁਕਮੇ ਜਾਏ, ਹੁਕਮ ਦੇ ਵਿੱਚ ਸੀ ਨਾ, ਹੁਕਮ ਦੀ ਗ੍ਰਿਫਤ ਵਿੱਚ ਸੀ, ਹੁਕਮੇ ਤੇ ਛੱਡ ਗਿਆ, ਛੱਡ ਗਿਆ ਤੇ ਹੁਕਮ ਲੈ ਜੂਗਾ, ਜਦ ਹੁਕਮੇ ਲੈ ਜੂਗਾ ਇਹਨੂੰ, ਛਲ ਆਈ ਸੀ ਸਮੁੰਦਰ ਦੀ ਇੱਥੇ ਛੱਡ ਗਈ, ਪਤਾ ਨੀ ਕਿਹੜੀ ਵੇਲੇ ਛਲ ਆਉਣੀ ਆ ਵੱਡੀ, ਫਿਰ ਲੈ ਜਾਣਾ ਸਮੁੰਦਰ ਚ, ਉਹਨੇ ਸਮੁੰਦਰ ਦੀ ਛਲ ਬਾਹਰ ਛੱਡ ਕੀਤੀ, ਸਮੁੰਦਰ ਦੀ ਛਲ ਨਹੀਂ ਅੰਦਰ ਲੈ ਜਾਣਾ, ਫਿਰ ਇਹਨੇ ਛੱਲਾਂ ਚ ਉੱਛਲੀ ਜਾਣਾ, ਪਹੁੰਚ ਛੱਲਾਂ ਚ, ਕਦੇ ਉੱਤੇ ਕਦੇ ਥੱਲੇ, ਕਦੇ ਥੱਲੇ ਕਦੇ ਉੱਤੇ, ਜਦ ਹੁਕਮ ਆਉਣਾ ਫਿਰ ਛਲ ਆਉਣੀ ਆ, ਫਿਰ ਬਾਹਰ ਛੱਡ ਜਾਣਾ, ਫਿਰ ਹੁਕਮ ਆਉਣਾ ਫਿਰ ਛਲ ਅੰਦਰ ਲੈ ਜਾਣਾ, ਆਹ ਖੇਡ ਹੈ, ਛੱਲਾਂ ਦੇ ਵਿੱਚ ਖੇਡਦਾ ਕੋਈ ਦੇਰ ਵਾਸਤੇ, ਛਲ ਬਾਹਰ ਸੁੱਟ ਦਿੰਦੀ ਹੈ, ਪਰ ਛਲ ਦਾ ਪ੍ਰਭਾਵ ਫਿਰ ਵੀ ਰਹਿੰਦਾ, ਇੱਥੇ ਉਹ ਤਾਂ ਛਲ ਸਮੁੰਦਰ ਦੀ ਹੈ ਨਾ, ਹੁਕਮ ਦਾ ਪ੍ਰਭਾਵ ਫਿਰ ਵੀ ਰਹਿੰਦਾ, ਇੱਥੇ ਹੁਕਮ ਦੇ ਬਾਹਰ ਨਹੀਂ ਜਾ ਸਕਦਾ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸੁਧਾਨਾ ਸੁਧਾਨਾ, ਬਾਬਾ ਬੋਲਤੇ ਤੇ ਕਹਾਂ ਗਏ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਤ ਰਹਿਤੇ, ਸੁਰਤ ਮਹਾਂ ਜੋ ਨਿਰਤੇ ਕਰਤੇ, ਕਥਾ ਵਾਰਤਾ ਕਰਤੇ, ਜਿਹੜਾ ਕਥਾ ਵਾਰਤਾ ਕਰਦਾ ਤਾਂ ਉਹ ਕਿੱਥੇ ਗਿਆ, ਕਥਾ ਵਾਰਤਾ ਪਰਮਹੰਸ ਹੋਰ ਹੈ, ਕਥਾ ਵਾਰਤਾ ਕਰਨ ਵਾਲਾ ਹੋਰ ਹੈ, ਮਨ ਵੀ ਹੈ ਨਾ, ਇੱਕ ਸ਼੍ਰੀ ਨਾਲ ਜੁੜਿਆ, ਇੱਕ ਸਾਹ ਲੈਣ ਵਾਲਾ, ਹਾਂ ਬਜਾਵਣ ਹਾਰੋ ਕਹਾਂ ਗਿਓ ਜਿਹਨੇ ਮੰਦਰ ਕੀਤਾ, ਬਜਾਵਣ ਹਾਰੋ ਕਹਾਂ ਗਿਆ, ਜਿਹੜਾ ਮੰਦਰ ਨੂੰ ਬਜਾਉਂਦਾ ਸੀ ਉਹ ਕਿੱਥੇ ਗਿਆ, ਜਿਹੜਾ ਸਰੀਰ ਨਾਲ ਬੋਲਦਾ ਸੀ ਉਹ ਕਿੱਥੇ ਗਿਆ, ਜਿਹਨੇ ਮੰਦਰ ਕੀਤਾ, ਆ ਮੰਦਰ ਉਸਨੇ ਬਣਾਇਆ ਸੀ, ਜਿਹਨੇ ਗੜ ਗੜੇ ਉਹ ਕਿਤੇ ਗੜ ਕਹਿਤਾ, ਕਿਤੇ ਮੰਦਰ ਕਹਿਤਾ, ਜਿਹਨੇ ਸਰੀਰ ਬਣਾਇਆ ਸੀ ਉਹ ਸਰੀਰ ਨੂੰ ਛੱਡ ਕੇ ਕਿੱਥੇ ਚਲਾ ਗਿਆ, ਚੂਹੇ ਨਾਲ ਖੁੱਟ ਪੱਟੀ ਸੀ ਆਪਣੇ ਵਾਸਤੇ, ਚੂਹਾ ਖੁੱਟ ਚ ਰਹਿੰਦਾ ਸੀ, ਆਇਆ ਸਭ ਬੜੇ ਆਦਰ ਚੂਹੇ ਨੂੰ ਫੜ ਕੇ ਲੈ ਗਿਆ, ਕਿਸੇ ਨੂੰ ਨੀ ਪਤਾ ਲੱਗਿਆ, ਰਾਤ ਨੂੰ ਆਇਆ, ਰਾਤ ਨੂੰ ਚਲਿਆ ਗਿਆ, ਫੜ ਦੂਏ ਸੁਧੀ ਸੱਪ ਆਇਆ ਰਾਤ ਨੂੰ, ਚੂਹੇ ਨੂੰ ਖਾ ਗਿਆ, ਸੱਪ ਨਿਰ ਹੋ ਗਿਆ, ਫੁੱਲ ਸੁਧੀ ਹੋ ਗਈ, ਚੂਹਾ ਵੀ ਨੀ ਦੇਖਿਆ ਕਿਸੇ ਨੇ, ਸੱਪ ਬੜਿਆ ਸੀ ਸੱਪੇ ਨਿਕਲਿਆ, ਚੂਹਾ ਕਿੱਥੇ ਗਿਆ, ਸੱਪ ਬੜਿਆ ਸੀ ਸੱਪੇ ਨਿਕਲਿਆ ਬਾਹਰ, ਚੂਹਾ ਕਿੱਥੇ ਗਿਆ, ਬਸ ਉਹਦੇ ਵਿੱਚ ਹੀ ਹੈ, ਹੁਕਮ ਦੇ ਵਿੱਚ ਚੂਹਾ, ਸੱਪ ਦੇ ਵਿੱਚ ਹੀ ਸੀ ਚੂਹਾ, ਬਾਹਰ ਦੀ ਗੁੱਦੀ ਦਾ ਹੁਕਮ ਹੈ ਆਏ, ਹੁਕਮ ਹੈ ਜਾਏ, ਹੁਕਮ ਹੈ ਰਹੇ, ਉਹ ਹੁਕਮ ਚ ਸਮਾ ਗਿਆ, ਸੱਪ ਚ ਸਮਾ ਗਿਆ, ਚੂਹਾ ਵਿੱਚ ਹੈ, ਉਹਦੇ ਵਿੱਚੋਂ ਹੀ ਨਿਕਲਿਆ ਸੀ, ਵਿੱਚ ਹੀ ਹੈ, ਹਾਂਜੀ ਬਜਾਵਣ ਹਾਰੋ ਕਹਾਂ ਗਿਓ ਜਿਹਨੇ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜੇ, ਖਿੱਚ ਤੇਜ ਜਬ ਲੀਨਾ, ਕਹਿੰਦੇ ਜਿਹੜੀਆਂ ਸਾਖੀਆਂ ਸੁਣਨਾ ਤਾਂ ਨਾ ਬਣਾ ਬਣਾ ਕੇ ਹੋਰੇ ਮਸਾਲੇ ਲਾ ਲਾ ਕੇ, ਹੁਣ ਇਹਦੀ ਸੁਰਤ ਨਾ ਇਹਨੂੰ ਸੁਣਦਾ ਨਾ ਕੋਈ ਸਾਖੀ ਪੈਦਾ ਹੁੰਦੀ ਅੰਦਰ, ਹੁਣ ਕਦੇ ਨੀ ਪੈਦਾ ਹੁੰਦੀ ਸਾਖੀ, ਸਾਖੀ ਸੁਰਤ ਸ਼ਬਦ ਨਹੀਂ ਉਪਜਿਆ, ਨਾ ਕੋਈ ਸ਼ਬਦ ਪੈਦਾ ਹੁੰਦਾ ਅੰਦਰ, ਨਾ ਕੋਈ ਉਪਦੇਸ਼ ਪੈਦਾ ਹੁੰਦਾ, ਖਿੱਚ ਤੇਜ ਸਭ ਲੀਨਾ, ਕਿਉਂਕਿ ਸਾਰਾ ਤੇਜ ਖਿੱਚ ਲਿਆ ਉਹਦੇ, ਜਿਹੜਾ ਬੋਲਦਾ ਸੀ ਨਾ ਉਹਦਾ ਹੀ ਤੇਜ ਬੋਲਦਾ ਸੀ, ਜਿਹੜਾ ਅੰਦਰ ਸਾਹ ਲੈਂਦਾ ਸੀ ਪਰਮਹੰਸ ਦਾ ਹੀ ਤੇਜ ਸੀ ਇਹਦੇ ਵਿੱਚ, ਆਪ ਬੋਲਣ ਵਾਲਾ ਕੁਛ ਨਹੀਂ ਸੀ, ਉਹ ਪਰਮਹੰਸ ਦਾ ਤੇਜ ਬੋਲਦਾ ਸੀ, ਉਹ ਤੇਜ ਖਿੱਚ ਲਿਆ, ਸੱਪ ਨੇ ਚੂਹਾ ਖਾ ਲਿਆ, ਨਿਗਲ ਲਿਆ, ਸੱਪ ਚਲਿਆ ਗਿਆ, ਚੂਹੇ ਦਾ ਨਾਂ ਹੀ ਨੀ, ਚੂਹੇ ਦਾ ਨਾਂ ਤਾਂ ਇਹ ਨੀ ਸੱਪ ਗਿਆ, ਇਕੱਲਾ ਹੀ ਚੂਹੇ ਦਾ ਨਾਂ ਕਿਤੇ ਅੱਗੇ ਹੰਸ, ਸੱਪ ਤਾਂ ਇਕੱਲਾ ਹੀ ਨਿਕਲਿਆ ਘਰ ਚੋਂ ਬਾਹਰ, ਚੂਹਾ ਕਿੱਥੇ ਉਹਦੇ ਵਿੱਚ ਹੀ ਸੀ ਚੂਹਾ, ਚੂਹਾ ਤਾਂ ਉਹਨੇ ਨਿਗਲ ਲਿਆ ਖਾ ਲਿਆ, ਚੂਹਾ ਤਾਂ ਦੇਖਿਆ ਨੀ ਕਿਸੇ ਨੂੰ ਕਿੱਥੇ ਗਿਆ, ਉਹਨਾਂ ਨੇ ਵਿੱਚੋਂ ਤੇਜ ਛੱਡਿਆ ਸੀ ਆਪਣਾ,
ਵਿੱਚ ਖਿੱਚ ਲਿਆ। ਸਰਗਨਨ ਵਿਗੜ ਪਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ, ਚਰਨ ਰਹੇ ਕਰ ਧਰਕ ਪਰੇ ਹੈ, ਮੁਖੋ ਨਾ ਨਿਕਸੇ ਬਾਤਾ। ਜਿਹੜਾ ਸਰੀਰ ਅੰਦਰਲੇ ਦੀ ਗੱਲ ਹੈ, ਹੁਣ ਬਾਹਰਲੇ ਦੀ, ਅੰਦਰਲੇ ਸਰੀਰ ਜਿੰਨਾ ਚਿਰ ਸ਼ਕਤੀ ਹੈ ਬਾਹਰ ਨਾ ਚੱਲਦਾ, ਅੰਦਰਲੇ ਸਰੀਰ ਦੀ ਸ਼ਕਤੀ ਨਾ ਬਾਹਰ ਨਾ ਚੱਲਦਾ, ਬਾਹਰਲੇ ਸਰੀਰ ਦੀ ਸ਼ਕਤੀ ਅਲੱਗ ਗੱਲ। ਕਹਿੰਦਾ ਜਦ ਸੁਰਤ ਮਾਰੀ ਗਈ ਨਾ, ਉਹਨੇ ਤੇਜ ਖਿੱਚ ਲਿਆ, ਤੇਜ ਸ਼ਕਤੀ ਸੀ, ਫਿਰ ਕੀ ਹੋਇਆ? ਚਰਨ ਸਰਬਨ ਵਿਗੜ ਪਏ ਸੰਗ ਤੇ, ਜਿਹੜਾ ਸੁਣ ਸ਼ਕਤੀ ਸੀ ਖਤਮ ਹੋ ਗਈ, ਪਹਿਲਾਂ ਹੀ ਖਤਮ ਹੋ ਜਾਂਦੀ ਹੈ ਜੇ ਥੋੜਾ ਥੋੜਾ ਤੇਜ ਖਿੱਚਦਾ ਨਾ, ਜਿਉਂ ਜਿਉਂ ਫਿਰਦਾ ਹੁੰਦਾ ਤੇਜ ਘਟੀ ਜਾਂਦਾ ਇਹਦਾ, ਸੁਣ ਸ਼ਕਤੀ ਘਟੀ ਜਾਂਦੀ। ਹਾਂ, ਸ਼ਕਤੀ ਸੁਣ ਸ਼ਕਤੀ ਘਟ ਗਈ, ਅੱਖਾਂ ਦੀ ਦੇਖਣ ਦੀ ਸ਼ਕਤੀ ਘਟ ਗਈ, ਹੌਲੀ ਹੌਲੀ ਘਟੀ ਜਾਂਦੀ ਹੈ, ਘਟੀ ਜਾਂਦੀ ਹੈ, ਫਿਰ ਸਾਰੀ ਹੋਈ ਖਿੱਚਣ ਲੈਂਦਾ ਜਾ। ਵਿਕਲ ਹੋ ਗਏ ਸੀ ਥੋੜੇ ਜੇ, ਵਿਕਲ ਦਾ ਮਤਲਬ ਬੇਅਕਲ ਹੋ ਗਏ ਸੀ, ਕਹਿਣਾ ਸੀ ਕੁਝ, ਸੁਣਦਾ ਸੀ ਹੋਰ ਕੁਛ, ਵਿਕਲ ਅਕਲ, ਅਕਲ ਨਾਲ ਅਕਲ ਦੀ ਸ਼ਕਤੀ ਜਿਹੜੀ ਸੀ ਅਕਲ ਘਟ ਗਈ ਸੀ, ਅਕਲ ਦੀ ਪਕੜ ਘਟ ਗਈ ਸੀ, ਅਕਲ ਦੀ ਸ਼ਕਤੀ ਉਹ ਸੁਣ ਰਹੀ ਸੀ ਕੰਨਾਂ ਤੋਂ, ਉਹ ਕਹਿੰਦਾ ਸੀ ਕੁਝ, ਸੁਣਦਾ ਸੀ ਕੁਛ, ਪਕੜ ਨੀ ਸੀ ਨਾ, ਪੈਰ ਰੱਖਦਾ ਇੱਧਰ ਦੀ ਚਲਿਆ ਇੱਧਰ ਜਾਂਦਾ, ਸ਼ਕਤੀ ਨੀ ਨਾ, ਅਕਲ ਦੀ ਪਕੜ ਘਟ ਗਈ। ਵਿਕਲ ਭਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ, ਇੰਦਰੀ ਕਾ ਬੁੱਧੀ ਦਾ ਬਲ ਵੀ ਥੱਕ ਗਿਆ, ਬੁੱਧੀ ਦਾ ਬਲ ਥੱਕ ਗਿਆ, ਇੰਦਰੀ ਬੁੱਧੀ ਨੂੰ ਕਹਿੰਦੇ ਨੇ, ਮਾਨੇ ਇੱਦਾਂ ਹੈ ਬੁੱਧੀ ਇੰਦਰੀ ਹੈ, ਉਹ ਜਾਂ ਜੋਤ ਹੈ ਘਟ ਗਈ, ਸਾਰਾ ਤਾਂ ਤੇਲ ਖਰਚ ਕਰਤਾ ਸੀ ਸਾਰੀ ਜ਼ਿੰਦਗੀ, ਬਲ ਜਿਹੜਾ ਲੈ ਕੇ ਆਇਆ ਤਾਂ ਉਹਦਾ ਖਤਮ ਹੋਇਆ, ਬਲ ਛੁੱਟ ਕੇ ਉਹ ਵਧਣ ਪਰੇ, ਫਿਰ ਬੰਦਾ ਤਾਂ ਪਊਗਾ, ਬਲ ਤਾਂ ਜਿਹੜਾ ਲੈ ਕੇ ਆਇਆ ਸੀ ਉਹ ਤਾਂ ਖਰਚ ਹੋ ਗਿਆ, ਬੁੱਧੀ ਤਾਂ ਲੈ ਕੇ ਆਇਆ ਤਾਂ ਸਾਰੀ ਮਾਰ ਲਈ ਤੇ ਖਤਮ ਕਰ ਲਈ, ਜ਼ਿੰਦਗੀ ਕਾ ਬਲ ਠਾਕਾ, ਚਰਨ ਰਹੇ ਕਰ ਢਰਕ ਪਰੇ ਹੈ, ਮੁੱਖੋਂ ਨਿਕਸੇ ਬਾਪੂ। ਚਰਨ ਅਸੀਂ ਕਿ ਛੱਤੀ ਪੈਰਾਂ ਨੂੰ ਚਲਾਉਣ ਵਾਲੇ ਸੀ, ਉਹ ਵੀ ਕਮਜ਼ੋਰ ਹੋ ਗਈ, ਉਹ ਵੀ ਪੈਰ ਸਿੱਧਾ ਨੀ ਪੈਂਦਾ, ਮੁੱਖੋਂ ਨਾਲ ਇਸੇ ਬਾਤਾਂ ਜੀਵ ਤੇ ਵੀ ਕੰਟਰੋਲ ਘਟ ਗਿਆ, ਜੀਭ ਤੇ ਸਿੱਧਾ ਬੋਲ ਨਹੀਂ ਹੁੰਦਾ, ਮੁੱਖੋਂ ਨਾਲ ਇਸੇ ਬਾਤਾਂ ਥੱਕ ਕੇ ਪੰਚ ਦੁੱਧ ਸਭ ਤਸਕਰ, ਆਪ ਆਪਣੇ ਧਰਮ ਤੇ, ਥਾਕਾ ਮਨ ਕੁੰਚਲ ਔਰ ਥਾਕਾ ਤੇਜ ਸ਼ੁੱਧ ਕਰ ਰਮ ਤੇ, ਪੰਜੇ ਗਿਆਨ ਅੰਦਰ ਥੱਕ ਗਏ, ਥਾਕੇ ਪੰਚ ਦੂਤ ਸਭ ਤਸਕਰ, ਆਪ ਆਪਣੇ ਧਰਮ ਤੇ, ਇਹ ਜਿਹੜੇ ਪੰਜੇ ਗਿਆਨ ਅੰਦਰ ਵੀ ਥੱਕ ਗਏ, ਪੰਜੇ ਗਿਆਨ ਅੰਦਰ ਥੱਕ ਗਏ, ਲੋਭ ਮੋਹ ਹੰਕਾਰ ਵੀ ਥੱਕ, ਉਹ ਜਿਹੜੇ ਵਿਕਾਰ ਨੇ ਉਹ ਸਰੀਰ ਨਾਲ ਸੰਬੰਧਿਤ ਨੇ, ਥੱਕ ਗਏ। ਹਾਂਜੀ, ਥਾਕੇ ਪੰਜ ਦੂਤ ਸਭ ਤਸਕਰ, ਆਪ ਆਪਣੇ ਭਰਮ ਤੇ, ਆਪ ਆਪਣੇ ਭਰਮ ਤੇ, ਜਿਹੜੇ ਭਰਮ ਨਾਲ ਜੁੜੇ ਹੋਏ ਸੀ, ਜਿਹਨੂੰ ਲੱਗਦਾ ਸੀ ਮੇਰੇ ਵਰਗਾ ਕੋਈ ਅਕਲਮੰਦ ਨਹੀਂ, ਕੋਈ ਸੁਣਦਾ ਹੀ ਨਹੀਂ ਗੱਲ ਇਹਦੀ, ਉਹ ਕਹਿੰਦੇ ਬੁੜਾ ਨਿਆਣੇ ਵੀ ਕਹਿੰਦੇ ਇਹਦਾ ਪਾਗਲ ਹੋ ਗਿਆ, ਹੁਣ ਇਹਦਾ ਉਲਟਾਲੀਆਂ ਮਾਰੀ ਜਾਂਦਾ, ਨਵੀਆਂ ਟੈਕਨੀਕਾਂ ਆ ਗਈਆਂ, ਨਵੀਆਂ ਗੱਲਾਂ ਆ ਗਈਆਂ, ਉਹਨੂੰ ਤਾਂ ਪਤਾ ਹੀ ਨੀ, ਮੋਬਾਈਲ ਫੜਨ ਦਾ ਪਤਾ ਨੀ, ਉਹਨੇ ਦੇਖਿਆ ਵੀ ਨੀ ਸੀ ਮੋਬਾਈਲ, ਉਹ ਮੋਬਾਈਲ ਆ ਗਿਆ, ਉਹ ਨਿਆਣੇ ਦਾ ਜਾਣਦੇ ਨੇ ਸਭ ਕੁਛ, ਉਹ ਕਹਿੰਦਾ ਜੇ ਹੱਥ ਲਾਤਾ ਮੇਰਾ ਹੱਥ ਲਾ ਇਹਦੇ ਖਰਾਬ ਨਾ ਹੋ ਜਾਵੇ, ਉਹ ਡਰਦਾ, ਉਹਨੂੰ ਐਂ ਲੱਗਦਾ ਵੀ ਨਿਆਣੇ ਸਿਆਣੇ ਨੇ, ਹੁਣ ਇਹ ਮੇਰੇ ਨੂੰ ਸਿਆਣੇ ਨੇ ਮੰਨ ਲਿਆ, ਉਹਨੇ ਵੀ ਇਹ ਸਾਡੇ ਵੇਲੇ ਕਿੱਥੇ ਹੁੰਦਾ ਸੀ ਇਹ ਕੁਛ, ਇਹ ਜਪਦਿਆਂ ਨੂੰ ਮਿਲ ਗਿਆ ਜੀ ਇਹਨਾਂ ਨੂੰ ਕੰਪਿਊਟਰ, ਉਹਨਾਂ ਨੇ ਗਾਹਦਾ ਹੀ ਬਦਲਿਆ, ਇੱਥੇ ਜਪਦਿਆਂ ਨੂੰ ਕਿਹਾ ਤੇ ਗੁਰ ਭਰ ਗਈ, ਚਾਹੇ ਉਬਲੀ ਬਣਾ ਲਓ ਚਾਹੇ ਗੱਟਾ ਬਣਾ ਲਓ, ਕਹੀ ਨਾਲ ਕਹੀ ਨਾਲ ਗੱਟਾ ਬਣਾ ਲਓ, ਗੁਰਪੇ ਨਾਲ ਉਬਲੀ ਬਣਾ ਲਓ, ਹੋਰ ਕੀ ਹੈ, ਹੁਣ ਇਹਨਾਂ ਨੂੰ ਮਿਲਿਆ ਕੰਪਿਊਟਰ, ਇਹ ਬੁੱਧੀ ਤੋਂ ਹੀ ਕੰਮ ਲੈਂਦੇ ਨੇ, ਸਿੱਧਾ ਸੀ ਸਰੀਰ ਤੋਂ ਕੰਮ ਲੈਂਦੇ ਸੀ, ਗੁਰਪਾਰ ਕਹੀ ਤਾਂ ਸਰੀਰ ਤੋਂ ਕੰਮ ਲਊ,
ਤੇ ਗੱਭਰੂ ਨਾਲ ਲੈਣਾ ਅਕਲ ਤੋਂ ਕੰਮ ਲੈਣ। ਅਕਲ ਦਾ ਇਸਤੇਮਾਲ ਅਸੀਂ ਘੱਟ ਕੀਤਾ, ਉਹਨਾਂ ਨੇ ਜ਼ਿਆਦਾ ਕੀਤਾ। ਜਿਹੜੀ ਚੀਜ਼ ਦਾ ਇਸਤੇਮਾਲ ਕਰਾਂਗੇ ਵਧੂਗੀ। ਸਰੀਰਕ ਤੌਰ ਤੇ ਉਹ ਤਕੜੇ ਸੀ ਜਿਹੜੇ ਸਰੀਰ ਨਾਲ ਕੰਮ ਕਰਦੇ, ਤੇ ਬੁੱਧਕ ਤੌਰ ਤੇ ਉਹ ਤਕੜੇ ਜਿਹੜੇ ਬੁੱਧੀ ਨਾਲ ਕੰਮ ਕਰਦੇ। ਇਹ ਰਹੂਗਾ ਹੀ, ਜਿਹੜੇ ਸ਼ਬਦ ਵਿਚਾਰ ਕਰਦੇ ਨੇ ਉਹਨਾਂ ਦੀ ਬੁੱਧੀ ਬਲਵਾਨ ਹੋ ਜਾਂਦੀ ਹੈ, ਜਿਹੜੇ ਬਲਵਾਨ ਘੁੰਮਦੇ ਨੇ ਉਹਨਾਂ ਦੀ ਬੁੱਧੀ ਦਾ ਬਲਵਾਨ ਹੁੰਦੀ ਨਹੀਂ, ਸਰੀਰ ਬਲਵਾਨ ਹੋ ਜਾਂਦਾ। ਉਹ ਕੁੱਟ ਕੁੱਟਣ ਨੂੰ ਵੀ ਤਕੜੇ ਨੇ, ਕੁੱਟ ਖਾਣ ਨੂੰ ਵੀ ਤਕੜੇ ਨੇ, ਕੁੱਟਣ ਨੂੰ ਵੀ ਤਕੜੇ ਨੇ, ਕੁੱਟ ਖਾਣ ਨੂੰ ਵੀ ਤਕੜੇ ਨੇ, ਕਿਉਂਕਿ ਉਹਨਾਂ ਨੇ ਉਹੀ ਕੰਮ ਕੀਤਾ ਨਾ। ਹਾਂਜੀ, ਥਾਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭਰਮ ਤੇ, ਆਪ ਆਪਣੇ ਭਰਮ ਤੇ, ਭਰਮ ਸੀ ਜਿਹੜਾ ਭਰਮ ਦੇ ਵਿੱਚ ਕਰਕੇ ਸੀ ਸਾਰੇ ਗਿਆਨ ਇੰਦਰੇ, ਭਰਮ ਪੈਦਾ ਕੀਤਾ ਇਹਨਾਂ ਗਿਆਨ ਇੰਦਰਿਆ ਨੇ। ਥਾਕਾ ਮਨ ਕੁੰਜਰ ਔਰ ਥਾਕਾ ਤੇ ਉਰ ਥਾਕਾ ਉਰ ਹਿਰਦਾ ਉਰ ਥਾਕਾ ਮਨ ਕੁੰਜਰ ਸੀ, ਇਹ ਵੀ ਥੱਕ ਲਿਆ ਜਿਹੜਾ ਕਹਿੰਦਾ ਤਾਂ ਮੈਂ ਐਂ ਕਰ ਦੂੰ ਐਂ ਕਰ ਦੂੰ, ਹੱਥ ਖੜੇ ਕਰ ਗਿਆ। ਉਹ ਹੁਣ ਗੱਲਾਂ ਵੀ ਛੱਡਤੀਆਂ, ਮੈਂ ਕਰ ਦੂੰ ਇਹ ਗੱਲਾਂ ਵੀ ਛੱਡਤੀਆਂ, ਮਨ ਕੁੰਜਰ ਸੀ ਨਾ ਹੰਕਾਰੀ ਹੰਕਾਰ ਥੱਕ ਗਿਆ। ਥਾਕਾ ਮਨ ਵੇਖ ਲਿਆ ਬਹੁਤ ਕੁਛ ਹੈ ਜਿਹੜਾ ਆਦਮੀ ਨਹੀਂ ਕਰ ਸਕਦਾ, ਤਜਰਬੇ ਨੇ ਸਿਆਣਾ ਕਰਤਾ, ਤਜਰਬੇ ਨੇ ਸਿਆਣਾ ਕਰਤਾ, ਬਹੁਤ ਕੁਛ ਦੇਖ ਲਿਆ, ਬਹੁਤ ਸਾਰਾ ਪਾਣੀ ਪੋੜਾ ਹੇਠ ਲੰਘ ਲਿਆ। ਉਹ ਕਹਿੰਦਾ ਬਾਈ ਇਹਦਾ ਭਰਮ ਮੈਂ ਕਰਦਾ ਮੈਂ ਕਰਦਾ, ਇਹ ਮਾਇਆ ਜਦ ਆਉਂਦੀ ਹੈ ਜਾਂਦੀ ਪਤਾ ਲੱਗਦਾ, ਜਾਂ ਜਾਂਦੀ ਹੈ ਜਾਂਦੀ ਪਤਾ ਲੱਗਦਾ। ਅਕਲਮੰਦ ਹੋ ਕੇ ਕਿਸੇ ਨੇ ਗਵਾਈ ਨੀ, ਬੇਵਕੂਫ ਹੋ ਕੇ ਕਿਸੇ ਨੇ ਗਵਾਈ ਨੀ। ਬੜੀ ਅਕਲ ਵਾਲੇ ਕੋਲੋਂ ਖਿਸਕ ਜਾਂਦੀ ਹੈ, ਛੋਟੀ ਅਕਲ ਵਾਲੇ ਨੂੰ ਮਿਲ ਜਾਂਦੀ ਹੈ। ਜਦ ਮਿਲੀ ਸੀ ਛੋਟੀ ਅਕਲ ਸੀ ਇਹਨੂੰ, ਜਿੰਨਾ ਚਿਰ ਹੋਰ ਫਿਰ ਗਾਹਾਂ ਗਿਆ ਬੜੀ ਔਕਲ ਹੋਈ ਹੈ। ਜੇ ਸਿਆਣਾ ਹੋਇਆ ਕਹਿੰਦੇ ਬੰਦਾ ਸਿਆਣਾ ਹੋ ਗਿਆ, ਅਕਲ ਵਧੀ ਹੈ, ਤਜਰਬਾ ਵਧਿਆ, ਪਰ ਫਿਰ ਚਲੀ ਗਈ। ਇਸ ਕਰਕੇ ਬੇਵਕੂਫ ਹੋ ਕੇ ਕਿਸੇ ਨੇ ਗਵਾਈ ਨੀ, ਅਕਲਮੰਦ ਹੋ ਕੇ ਗਵਾਈ ਨੀ। ਇਹ ਤਾਂ ਉਹਦੀ ਖੇਡ ਹੈ, ਡਰਦੇ ਪਰਛਾਵੇਂ ਨੇ, ਦਰਖਤਾ ਪਰਛਾਵਾਂ ਪਹਿਲਾਂ ਵਧੀ ਜਾਂਦਾ ਵਧੀ ਜਾਂਦਾ, ਫਿਰ ਬੈਠਣ ਲੱਗ ਜਾਂਦਾ, ਫਿਰ ਦੂਜੇ ਪਾਸੇ ਨੂੰ ਜਾਂਦਾ, ਫਿਰ ਵਧਣ ਲੱਗ ਜਾਂਦਾ ਸ਼ਾਮ ਨੂੰ। ਇਹ ਚੱਲਦਾ ਹੀ ਰਹਿੰਦਾ ਸੰਸਾਰ, ਇਹ ਤਾਂ ਉਹਦਾ ਪਿੱਛੇ ਹੁਕਮ ਹੈ। ਆਦਮੀ ਆਪਣੀ ਉਸ ਆਦਮੀ ਨੂੰ ਭਰਮ ਹੋ ਜਾਂਦਾ ਮੇਰੀ ਅਕਲ, ਆਪ ਆਪਣੇ ਭਰਮ ਤੇ। ਥਾਕਾ ਮਨ ਕੁੰਚਰ ਉਹ ਥਾਕਾ ਤੇਜ ਸੁੱਤ ਧਰ ਰਮ ਤੇ, ਤੇਜ ਸੂਤ ਧੁਰ ਰਮ ਤੇ, ਧਰ ਤੇਜ ਸੂਤ ਧਰ ਰਮ ਤੇ, ਧਰ ਰਮ ਤੇ। ਕਿਉਂ ਥੱਕ ਗਿਆ ਮਨ ਕੁੰਚਰ, ਉਹਦਾ ਤੇਜ ਸੀ ਇਹਨੂੰ ਅਕਲ ਦਿੱਤੀ ਸੀ, ਉਹਨੇ ਸੂਤ ਲਈ ਰਮ ਤੇ ਨੇ, ਰਮਤਾ ਕਿਹਦਾ ਨਾਮ ਆਇਆ, ਰਮਤਾ ਉਹਦੇ ਨਾਮ ਆਇਆ ਜਿਹੜਾ ਰਮਿਆ ਹੋਇਆ ਸੀ, ਰਮਤਾ ਰਾਮ ਨਾਲ ਆਇਆ ਹੋਇਆ, ਰਮਤਾ ਤਾਂ ਉਹੀ ਹੈ ਜਿਹੜਾ ਆਪਣਾ ਚਲਿਆ ਗਿਆ, ਉਹ ਤੇਜ ਆਪਣਾ ਖਿੱਚ ਕੇ ਨਾਲ ਲੈ ਗਿਆ, ਤਾਂ ਥੱਕ ਗਿਆ ਮਨ ਕੁੰਚਰ ਸੀ, ਉਹ ਵੀ ਥੱਕ ਗਿਆ, ਉਹ ਰਹਿੰਦਾ ਵੀ ਥੱਕ ਗਿਆ, ਸਭ ਕੁਛ ਥੱਕ ਗਿਆ। ਐ ਜਿਹੜੇ ਬੰਦ ਸੀ ਨਾ ਦੱਸੇ ਕਾਬੂ ਚ ਬਾਂਹਦੀ ਸੀ, ਇਹ ਵੀ ਥੱਕ ਗਏ। ਮਿਰਚ ਪਏ ਦਸੇ ਬੰਦ ਛੁੱਟੇ, ਮਿੱਤਰ ਭਾਈ ਸਭ ਛੋੜੇ, ਜਾਂ ਸਾਰੇ ਆਉਣ ਵਾਲਾ ਬੰਦ ਹੋ ਗਿਆ, ਆਖਰੀ ਸਾਹ ਲੈ ਕੇ ਉਹਨੇ ਛੁੱਟੀ ਕਰਤੀ, ਮਿਰਤਕ ਪਏ ਮਰ ਗਏ। ਫਿਰ ਕਹਿੰਦਾ ਬਈ ਹੁਣ ਗਿਆ, ਬਈ ਹੁਣ ਸਾਹ ਨਹੀਂ ਆਇਆ, ਖਾਸਾ ਚਿਰ ਹੋ ਗਿਆ, ਪਹਿਲਾਂ ਸਾਹ ਮੁੜਿਆ ਹੁੰਦਾ ਸੀ, ਹੁਣ ਨਹੀਂ ਮੁੜਿਆ। ਉਹਦੇ ਮਿੱਤਰ ਭਾਈ ਤੇ ਜਿਹੜਾ ਗਿਆ ਇਹਦਾ ਕੋਈ ਨੀ ਸੀ ਜਿਹੜਾ ਪਿੱਛੇ ਬਚ ਗਿਆ। ਕਹਿਤ ਕਬੀਰਾ ਜੋ ਹਰ ਧਿਆਵੇ ਜੀਵਤ ਬੰਧਨ ਤੋੜੇ, ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ, ਜਿਹੜਾ ਹਰ ਨਾਲ ਧਿਆਨ ਰੱਖੇ ਉਹ ਜਿਉਂਦੇ ਹੀ ਤੋੜ ਲੈਂਦਾ ਬੰਧਨ ਸਾਰੇ, ਵੀ ਮਰੇ ਤੇ ਤਾਂ ਟੁੱਟੇ ਜਾਣੇ। ਇਹੀ ਬੰਧਨ ਨੇ, ਦਸ ਬੰਧਨ ਇਹ ਤੋੜਨੇ ਨੇ ਸਰੀਰ ਨੂੰ, ਉਹ ਪਿੱਛੋਂ ਟੁੱਟ ਜਾਣੇ ਨੇ, ਤੋੜ ਲੈਣੇ ਨੇ, ਉਹਨੇ ਤੇਜ ਖਿੱਚਣਾ ਨੇ,
ਜਿਹੜਾ ਸਾਡੇ ਧਿਆਨ ਰੱਖਦਾ ਉਹ ਜਿਉਂਦਾ ਹੀ ਤੋੜ ਲੈਂਦਾ, ਉਹਨੂੰ ਆਹ ਲੋੜ ਹੀ ਨੀ ਪੈਂਦੀ ਮਰਨ ਦੀ, ਫਿਰ ਮਰਨ ਦੀ ਲੋੜ ਉਹਨੂੰ ਪੈਂਦੀ ਹੈ ਜਿਹੜਾ ਜਿਉਂਦਾ ਬੰਧਨ ਨਹੀਂ ਤੋੜਦਾ। ਜਿਹੜਾ ਜਿਉਂਦਾ ਬੰਧਨ ਤੋੜ ਲੈਂਦਾ ਉਹਨੂੰ ਜੀਵਨ ਮੁਕਤ ਕਹਿੰਦੇ ਨੇ, ਉਹ ਕਦੇ ਨੀ ਮਰਿਆ, ਨਾ ਉਹਨੂੰ ਮਰਨ ਦੀ ਲੋੜ ਹੈ, ਨਾ ਮਰਦਾ ਹੁੰਦਾ, ਮਰਦਾ ਤਾਂ ਇਹ ਵੀ ਨੀ ਹੈ, ਅੱਗੇ ਅੰਤਰ ਕਹਿੰਦਾ ਚਲਿਆ ਜਾਂਦਾ, ਪਰ ਉਹਨੂੰ ਫਿਰ ਜਨਮ ਲੈਣਾ ਪੈਂਦਾ, ਇਹਨੂੰ ਜਨਮ ਨਹੀਂ ਲੈਣਾ ਪੈਂਦਾ, ਇਹਨੂੰ ਕਿਉਂ ਨੀ ਜਨਮ ਲੈਣਾ ਪੈਂਦਾ, ਇਹਦਾ ਭਰਮ ਦਾ ਨਾਸ ਹੋ ਜਾਂਦਾ, ਉਹ ਚ ਭਰਮ ਜੋ ਹੁੰਦਾ, ਇਹਦੀ ਅਕਲ ਪੂਰੀ ਹੋ ਜਾਂਦੀ, ਉਹਦੀ ਅਕਲ ਜਦੋਂ ਕਮੀ ਹੁੰਦੀ, ਅਕਲ ਦੀ ਕਮੀ, ਅਕਲ ਨੂੰ ਪੂਰੀ ਕਰਨ ਵਾਸਤੇ ਉਹਨੂੰ ਦੂਜਾ ਜਨਮ ਲੈਣਾ ਪੈਂਦਾ, ਇਹਦੀ ਅਕਲ ਪੂਰੀ ਹੈ ਸਾਬਤ ਸਾਬਤ ਹੋ ਜਾਂਦਾ, ਇਹਦੇ ਮਨ ਚੋਂ ਭਰਮ ਦੂਰ ਹੋ ਜਾਂਦਾ, ਉਹਦਾ ਜੋ ਭਰਮ ਬਣਿਆ ਹੁੰਦਾ, ਗਿਆਨ ਦੀ ਕਮੀ ਕਰਕੇ ਭਰਮ ਬਣਿਆ ਹੋਇਆ, ਭਰਮ ਦਾ ਵਾਲਾ ਗਿਆਨ ਦੀ ਕਮੀ ਹੈ, ਗਿਆਨ ਦੀ ਕਮੀ ਹੈ, ਦੇਖੋ ਗਿਆਨ ਦੀ ਕਮੀ ਨਹੀਂ ਹੈ, ਜਿੰਨਾ ਚਿਰ ਗਿਆਨ ਦੀ ਕਮੀ ਆ ਉਹਨਾਂ ਚਿਰ ਜਨਮ ਹੁੰਦਾ ਰਹੂਗਾ, ਜਨਮ ਹੁੰਦਾ ਮੰਡ ਵੀ ਹੋਊਗਾ, ਇਹ ਥਿਊਰੀ ਹੈ ਸਾਰੀ, ਸ਼ਾਇਦ ਵਿਗਿਆਨ ਪੂਰਾ ਹੋ ਗਿਆ ਫਿਰ ਜਿਉਂਦਾ ਹੀ ਮਰਿਆ ਹੋਇਆ ਹੁੰਦਾ, ਜੀਵਤ ਮਰੇ ਮਰੇ ਕੋਲ ਜੀਵ ਹੈ ਤਾਂ ਫਿਰ ਮਰਨਾ, ਫਿਰ ਮੰਡ ਹੀ ਹੁੰਦਾ, ਇਹ ਗੱਲ ਸੱਚ ਹੈ, ਪਰ ਇਹ ਗੱਲ ਸਮਝਣੀ ਔਰ ਬੋਲਣੀ ਵਿਦਵਾਨਾਂ ਦੇ ਵਾਸਤੇ ਔਖੀ ਹੈ, ਜਦੋਂ ਪੂਰੀ ਗੱਲ ਦੀ ਵਾਰ ਵਾਰ ਸਮਝ ਆ ਜਾਂਦੀ ਹੈ, ਗੁਰਬਾਣੀ ਦੀ ਲਗਾਤਾਰ ਸਮਝ ਆਈ ਜਾਂਦੀ ਹੈ, ਫਿਰ ਮੰਨ ਲੈਂਦਾ ਵੀ ਹਾਂ ਇਹ ਹੋ ਸਕਦਾ, ਨੇੜੇ ਜਾ ਕੇ ਮੰਨਦਾ, ਨੇੜੇ ਜਾ ਕੇ ਜਾਂ ਬਿਲਕੁਲ ਸਪੈਸ਼ਲ ਹੋ ਜਾਂਦੀ ਹੈ ਗੱਲ, ਫਿਰ ਮੰਨਦਾ, ਪਹਿਲਾਂ ਬੋਲਣੀ ਔਖੀ ਹੈ ਗੱਲ। ਮ੍ਰਿਤਕ ਭਏ ਦਸੇ ਬੰਦ ਛੂਟੇ, ਮਿੱਤਰ ਭਾਈ ਸਭ ਛੋੜੇ, ਕਹਿਤ ਕਬੀਰਾ ਜੋ ਹਰ ਧਿਆਵੇ, ਜੀਵਤ ਬੰਧਨ ਤੋੜੇ। ਜੀਵਤ ਬੰਧਨ ਤੋੜੇ, ਉਹ ਜੀਵਤ ਦਾ ਹੀ ਬੰਧਨ ਤੋੜ ਲੈਂਦਾ, ਜੀਵਨ ਮੁਕਤ ਹੋ ਜਾਂਦਾ, ਜਿਉਂਦੇ ਬੰਧਨ ਟੁੱਟ ਸਕਦੇ ਨੇ, ਜੀਵਨ ਮੁਕਤ ਹੋਇਆ ਜਾ ਸਕਦਾ, ਇਹ ਗੱਲ ਕਬੀਰ ਨੇ ਕਹਿਤੀ ਸੀ। ਸਰਗੀ ਦੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸ਼ਵ ਮਹਾਦੇਵ ਸਲੀਆ। ਲਓ ਜੀ, ਆ ਕਹਿੰਦੇ ਜਿਹੜੀ ਸਰਬਣੀ ਮਾਇਆ ਨਾ, ਇਹਦੇ ਉੱਪਰ ਇਹ ਮੰਨਦੇ ਨੇ ਕੋਈ ਸ਼ਕਤੀਸ਼ਾਲੀ ਨਹੀਂ ਹੈ, ਇਹ ਮੰਨਦੇ ਨੇ, ਗੁਰਮਤ ਨਹੀਂ ਮੰਨਦੀ, ਇਹ ਗੱਲ ਜਿਹੜੀ ਕਹੀ ਹੈ ਕਬੀਰ ਨੇ, ਗੁਰਬਾਣੀ ਉਹ ਜੋ ਮੰਨਦੇ ਨੇ ਉਹਨਾਂ ਦੀ ਗੱਲ ਕਹੀ ਹੈ, ਜੋ ਇਹਨੂੰ ਪਹਿਲਾਂ ਪੜ੍ਹਾਈ ਸੀ ਮਾਲਾ ਵਾਲਿਆਂ ਨੇ, ਜਿਹਨਾਂ ਨੇ ਮਾਲਾ ਦਿੱਤੀ ਸੀ ਉਹ ਹੋਈ ਨਾ ਚਿੱਟੇ ਕੱਪੜੇ ਠੱਗ, ਸਰਪਣੀ ਦੇ ਉੱਪਰ ਨਾ ਹੀ ਬਲੀਆ, ਆਂਟੀ ਪਰਵਨ ਪਾਇਆ, ਇਹ ਤੋਂ ਉੱਪਰ ਸ਼ਕਤੀਸ਼ਾਲੀ ਕੋਈ ਨੀ, ਅਸੀਂ ਉਹਨੂੰ ਕਲਪਨਾ ਮੰਨਦੇ ਹਾਂ, ਅਸਲ ਚ ਕਲਪਨਾ ਮਾਇਆ ਦਾ ਰੂਪ ਹੈ, ਸਾਡੇ ਕੋਲ ਚੇਤਨ ਰੂਪ ਕਲਪਨਾ ਮਾਇਆ ਦਾ, ਅਸੀਂ ਜਲ ਮਾਇਆ ਇਹ ਕੁਛ ਨੀ ਕਰਦੀ, ਮਾਇਆ ਦੀ ਇੱਛਾ ਖਰਾਬ ਕਰਦੀ ਹੈ, ਮਾਇਆ ਨੀ ਖਰਾਬ ਕਰਦੀ, ਇੱਛਾ ਅਸੀਂ ਆਪੇ ਦਾ ਕਰਦੇ ਹਾਂ, ਇੱਛਾ ਤਾਂ ਸਾਡੀ ਆਪੇ ਦਾ ਕੀਤੀ ਹੋਈ ਹੈ, ਡੱਬੀ ਮੱਚ ਅਸੀਂ ਕੁਛ ਕਹਿੰਦੀ, ਜੇ ਜਲਾ ਕੇ ਸੀਂ ਜਲਾ ਦੀਏ ਘਰ ਨੂੰ, ਫਿਰ ਮਾਜਤਾ ਨੀ ਕੁਛ ਕਹਿੰਦੀ ਭਾਈ, ਜੇ ਬੰਦ ਉਹਨੂੰ ਦੇ ਦੀਏ ਜਾਣ ਦੇਵੇ, ਤੇਲ ਦੇ ਪੀਪੇ ਕੋਲ ਮਿੱਟੀ ਦੇ ਕੋਲ ਸਾਰਿਆਂ ਦਾ ਫੂਕ ਦੂ, ਇਹ ਕਲਪਨਾ ਤਾਂ ਸੀਂ ਜਲਾ ਦਿੱਤੀ ਅਸੀਂ ਜਾਲਤੀ, ਤੇ ਜਾਲਤੀ ਤਾਂ ਜੜ ਗਈ ਨਾ, ਇਹ ਤ੍ਰਿਸ਼ਨਾ ਬਣ ਗਈ, ਤ੍ਰਿਸ਼ਨਾ ਅਗਰ ਮਾਇਆ ਅਗਰ ਧੂਆਂ ਵੀ ਨਗਰ ਦਾ ਅੱਗ ਵੀ ਹੈ, ਇਹ ਫੇਰ ਅੱਗ ਬਣਦੀ ਹੈ, ਬਾਅਦ ਚ ਕੁਛ ਨੀ ਕਹਿੰਦੀ, ਕਹਿੰਦੇ ਜ਼ਿਆਦਾ ਜ਼ਿਆਦਾ ਵਿੱਚੋਂ ਅੱਗ ਪੈਦਾ ਹੁੰਦੀ ਹੈ, ਕਰ ਲੈਂਦੇ ਅਸੀਂ ਰਗੜ ਮਾਰ ਕੇ ਅੱਗ ਨੀ ਪੈਦਾ ਕਰਦੇ, ਐਵੇਂ ਅਸੀਂ ਮਨ ਨਾਲ ਰਗੜਦੇ ਹਾਂ ਇਹਨੂੰ, ਜਦ ਨਾ ਮਨ ਇਹਦੇ ਨਾਲ ਰਗੜ ਖਾਂਦਾ ਫਿਰ ਅੱਗ ਨਿਕਲਦੀ ਹੈ, ਚੋਂ ਇਹ ਮਾਇਆ ਨੇ ਕੀ ਕਹਿਣਾ ਵਿਚਾਰੀ ਨੇ ਸਾਨੂੰ, ਇਹ ਨੀ ਕੁਛ ਕਹਿੰਦੀ, ਭਗਤਾਂ ਭਗਤੇ ਦੇ ਨਾਲ ਟਕਰਾਉਂਦੇ ਨੀ, ਦਾਸੀ ਹੈ ਪਾਰਖ ਬੋਲਦੀ ਹੈ, ਮਾਇਆ ਕੁਛ ਨੀ ਕਹਿੰਦੀ, ਪਰ ਇਹ ਕੀ ਕਹਿੰਦੇ ਸਰਪਣੀ ਦੇ ਉੱਪਰ ਨਹੀਂ ਬਲੀਆ, ਬਲੀਆ ਜਿਹਨੇ ਬਰਮਾ ਬਿਸ਼ਨ ਮਹਾਦੇਵ ਸਲੀਆ, ਲੈ ਤਿੰਨੇ ਇਹਨਾਂ ਦੇ ਬੜੇ ਬੜੇ ਸੂਰਮੇ ਨੇ, ਤਿੰਨੇ ਬੜੇ ਧਨੁਸ਼ ਨੇ ਇਹਨਾਂ ਦੇ, ਇਹਦੇ ਦੇ ਖੜਾ ਹਿੰਦੂਇਜ਼ਮ ਸਾਰਾ, ਬਰਮਾ ਬਿਸ਼ਨ ਮਹਾਦੇਵ ਸਲੀਆ ਉਹ ਸਾਰੇ ਮੰਨਦੇ ਨੇ, ਕੱਲੇ ਛੜੇ ਹੋਏ ਨੇ, ਫਿਰ ਬ੍ਰਹਮਾ ਬਿਸ਼ਨ ਨੂੰ ਸੁਧਾਰਨਾ ਆਦਮੀ ਉਹਨੇ, ਫਿਰ ਜੇ ਛੜੇ ਹੋਏ ਨੇ ਤਾਂ ਸੁਧਾਰਨਾ ਆਦਮੀ, ਤੇ ਜ਼ਿਆਦਾ ਕੁਛ ਨਹੀਂ ਹੋ,
साध है जो साध बने हैं साधना करनी शुरू की है साधारण आदमी है आदमी साध बनूंगा और कौन बनूंगा आदमी ने रूप धर के साध बनूंगा विष्णु है और राजा है वो भी आदमी है महादेव है ब्रह्मा है ब्रह्मा कोई विद्वान है वो धर्म पढ़ रहे है समझ रहे हैं ज्ञान छुट्टन की विधि देख रहे हैं भी छुट्टना किवें वो ज्ञान न छुट रहे फसे तो है ना क्यों फस गए कि छुट्टा यह ब्रह्मा का विषय क्यों तो जी फस गया क्यों छुट्टूगा किवें छुट्टूगा यह विषय हैगा गुरबाणी का यह ब्रह्मा का विषय मैं अपने जतन ना छुट्टा है यह विष्णु का विषय शिव का समाधि ला के छुट चुको मन लिया तिने माया के ग्रिफ्त विच ने छले हुए ने तिने छले हुए करके देहधारी की है ब्रह्मा भी शरीर विच है विष्णु भी शरीर विच है महादेव भी शरीर विच कने देहधारी ने देहधारी माया के छले हुए करके देहधारी ने हम निकलना किवें इन्होंने माया के ग्रिफ्त विचों ये उन्होंने विषय तिना तिना के विषय अड्डो अड्ड ने विष्णु कभी होर तरीके निकल रहा है शिवजी होर तरीके निकल रहा है ब्रह्मा होर तरीके तीन तरीके वखरे वखरे ने इस करके हिंदू धर्म एक धर्म ही नहीं है हिंदू धर्म का कोई धर्म ही नहीं है तिना के फिर कले कले ने कई कई बन गए कई कई गाड़ा गड़िया बन गई आप अपनी बुद्ध है जेती इस करके बहुत सारिया मतों का बहुत सारिया मनमतों का मजबूत है जोड़ा है हजारा मनमता का मजबूत है जोड़ा है वह हिंदुइजम हिंदुस्तान जिन्या भी मत ने इन्हों कठिया कर लीए सारिया यह आप विरोधी भी ने इन गल आप विरोधी गल् भी ने एक दूर विरोधी भी ने मत वेद में सारिया मत का जिक्र है आप विरोधी ने पचहत्तर मंत्र जो भी मनते नहीं आप विरोधी गल् ने जड़िया वो पिछे ने हिंदुइजम के पिछे ने ब्रह्मा विष्णु महादेव छलिया तिने छले हुए ने बस मोटी गल ये जिन्हों के लीडर छले हुए ने आप भी छले हुए ने जिन्ह के गुरु छले हुए ने आप बेचारे की कर चेले भी बेचारे फिर मार मार सरपनी निर्मल जल पैठी जिन तिरुभवन टसियले गुर प्रसाद डिठी मैं बड़ी मारी है सरपनी नू कुटे सरपनी दे उत्ते मैं बड़ी मार मारी है इन कसना सी तो मैं मार ली अपनी कल्पना मार मार के कल्पना ऐ अलग कर ली ऐ देख ली जिम्मे एक निर्मल जल दे विच सपनी बैठी हो मैं साफ दी दी है मैनू सपनी दा रूप सपनी दा साफ दी दा एक कल्पना ही काल है सपनी काल रूप है जिन्हू डंग मार मरजू जे माया दी इच्छा अंदर पैदा होगी समझो डंग चल गया जो कुछ देख लिया जे ओदी इच्छा पैदा होगी डंग चल गया तो मौत होगी ज्ञान की मौत होगी मैनू इस गल की समझ आ गई कल्पना ही काल है और काल ज्यादा ज्यादा की गिरफ्त में आवोंगे इहदी इच्छा पैदा कल्पना माया की इच्छा पैदा होना मौत की इच्छा पैदा होना एक गल है